29 जनवरी 2019 ਨੂੰ ਤਾਲਕਟੋਰਾ ਸਟੇਡੀਅਮ ਵਿਖੇ ਐਚਆਰਡੀ ਮੰਤਰਾਲੇ ਵੱਲੋਂ ਕਰਵਾਏ ਜਾ ਰਹੇ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨਗੇ। ਇਸ ਦੌਰਾਨ ਵਿਦਿਆਰਥੀ ਪ੍ਰੀਖਿਆਵਾਂ ਦੇ ਤਣਾਅ ਨੂੰ ਦੂਰ ਕਰਨ ਦੇ ਲਈ ਪੀਐਮ ਨਾਲ ਸਵਾਲ ਜਵਾਬ ਵੀ ਕਰਨਗੇ। ਇਸ ਇਵੈਂਟ ਵਿੱਚ ਸ਼ਿਰਕਤ ਕਰਨ ਦੇ ਲਈ ਪੰਜਾਬ ਦੇ ਵੀ ਕੁਝ ਵਿਦਿਆਰਥੀ ਚੁਣੇ ਗਏ ਨੇ ਜੋ ਪ੍ਰਧਾਨ ਮੰਤਰੀ ਨਾਲ ਹੋਣ ਵਾਲੇ ਇਸ ਰਾਬਤੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ। ਮੈਨੂੰ ਇਹ ਗੋਲਡਨ ਚਾਂਸ ਮਿਲਿਆ ਹੈ ਕਿ ਮੈਂ ਪ੍ਰਧਾਨ ਮੰਤਰੀ ਨੂੰ ਮਿਲ ਸਕਦਾ ਹਾਂ ਅਤੇ ਆਪਦੇ ਵਿਚਾਰ ਉਹਨਾਂ ਸਾਹਮਣੇ ਰੱਖ ਸਕਦਾ ਹਾਂ, ਉਹਨਾਂ ਤੋਂ ਆਪਦੇ ਪ੍ਰਸ਼ਨ ਪੁੱਛ ਸਕਦਾ ਹਾਂ। ਮੇਰਾ ਇਹ ਪ੍ਰਸ਼ਨ ਰਹੇਗਾ ਕਿ ਜਿਵੇਂ ਕਿ ਸਾਡਾ ਤਣਾਅ ਸਾਡਾ ਬੋਝ ਭਰ ਬਹੁਤ ਜ਼ਿਆਦਾ ਹੋ ਜਾਂਦਾ ਹੈ ਪੇਪਰਾਂ ਦੇ ਵਿੱਚ, ਅਸੀਂ ਪੇਪਰ ਜਦੋਂ ਪ੍ਰੀਖਿਆ ਹਾਲ ਵਿੱਚ ਜਾਂਦੇ ਹਾਂ ਤਾਂ ਸਾਡਾ 10 ਮਿੰਟ ਦਾ ਮੈਡੀਟੇਸ਼ਨ ਉੱਥੇ ਹੀ ਕਰਵਾ ਦਿੱਤਾ ਜਾਵੇ ਤਾਂ ਕਿ ਸਾਡਾ ਤਣਾਅ ਉੱਥੇ ਹੀ ਘੱਟ ਹੋ ਜਾਵੇ ਅਤੇ ਸਾਡਾ ਪੇਪਰ ਚੰਗਾ ਹੋ। ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਪ੍ਰਧਾਨ ਮੰਤਰੀ ਪ੍ਰੀਖਿਆ ਪੇ ਚਰਚਾ ਲਈ ਮੈਨੂੰ ਅਤੇ ਮੇਰੇ ਦੋਸਤਾਂ ਨੂੰ ਚੁਣਿਆ ਹੈ। ਮੇਰਾ ਪ੍ਰਧਾਨ ਮੰਤਰੀ ਨੂੰ ਇਹੀ ਪ੍ਰਸ਼ਨ ਰਹੇਗਾ ਕਿ ਅਸੀਂ ਪੇਪਰਾਂ ਵੇਲੇ ਜਦੋਂ ਪੜ੍ਹ ਲੈਂਦੇ ਹਾਂ ਸਾਰਾ ਕੁਛ ਪੜ੍ਹ ਕੇ ਵੀ ਸਾਨੂੰ ਪੇਪਰ 'ਚ ਜਾ ਕੇ ਸਟ੍ਰੈਸ ਹੁੰਦਾ ਹੈ, ਅਸੀਂ ਉਹਨੂੰ ਕਿਵੇਂ ਓਵਰਕਮ ਕਰ ਸਕਦੇ ਹਾਂ। ਮੈਨੂੰ ਬਹੁਤ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਕੇ ਅਹੁਦੇ ਵਾਲੇ ਇੱਕ ਮਨੁੱਸ਼ ਨੇ ਹਮ ਛੋਟੇ ਛੋਟੇ ਬੱਚੋਂ ਸੇ ਬਾਤ ਕਰਨੇ ਕਾ ਇੱਕ ਸਟੇਜ ਬਣਾਇਆ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਐਸੇ ਸਟ੍ਰੈਸ ਕੇ ਮਾਹੌਲ ਮੇ ਪ੍ਰਧਾਨ ਮੰਤਰੀ ਹਮਸੇ ਚਰਚਾ ਕਰਨਾ ਚਾਹਤੇ ਹੈ, ਹਮਾਰੇ ਤਕਲੀਫੋਂ ਕੋ ਹਮਾਰੇ ਸੁਝਾਓਂ ਕੋ ਸੁਣਨਾ ਚਾਹਤੇ ਹੈਂ। ਔਰ ਮੇਰਾ ਸਵਾਲ ਉਨਸੇ ਯਹੀ ਰਹੇਗਾ ਕਿ ਅਗਰ ਹਮਾਰੀ ਇੱਕ ਪ੍ਰੀਖਿਆ ਮੇ ਕੁਛ ਕਮ ਅੰਕ ਆ ਜਾਤੇ ਹੈ ਤੋ ਹਮਾਰੇ ਅੰਦਰ ਕੀ ਸਕਾਰਾਤਮਕਤਾ ਚਲੀ ਜਾਤੀ ਹੈ। ਮੈਂ ਚਾਹਤਾ ਹੂੰ ਕਿ ਵਹ ਹਮੇ ਬਤਾਏ ਕਿ ਹਮਾਰੇ ਅੰਦਰ ਪੋਜ਼ਿਟਿਵਿਟੀ ਯੇ ਸਕਾਰਾਤਮਕ ਸੋਚ ਕੈਸੇ ਆ ਸਕਤੀ ਹੈ।